ਸੋ ਸੰਬੰਧ ਤੇ ਇਸੇ ਖਬਰ ਤੇ ਜਿਆਦਾ ਜਾਣਕਾਰੀ ਦੀ ਸਾਨ ਸਾਡਾ ਲਾਉਣਗੇ ਸੰਤ ਕੀ ਲੱਗਦਾ ਹੈ ਦੇਖੋ 4000 ਤੋਂ ਲੋਡ ਦਾ ਚੱਕਰ 2500 2500 ਤੋਂ 1200 ਦਾ ਵੀ ਜ਼ਿਕਰ ਹੋਇਆ ਵੀ ਪੁਰਾਣੀ ਸਰਕਾਰ ਚ 1200 ਰੁਪਏ ਸਰਕਾਰਾਂ ਵਸੂਲ ਦੀਆਂ ਸੀ ਸੋ ਮੰਗਾ ਕੀੜੀਆਂ ਨੇ ਕਿ ਪੱਕਾ ਮੋਰਚਾ ਲਾਉਣ ਦੇ ਨਾਲ ਸਰਕਾਰ ਕੀ ਝੁਕੇਗੀ ਜਾਂ ਇਸੇ ਤਰੀਕੇ ਨਾਲ ਟੇਬਲ ਟਾਕਸ ਚੱਲਦੀਆਂ ਰਹਿਣਗੀਆਂ ਕ੍ਰਿਸ਼ਨ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਵਕਤ ਦੱਸ ਦੇਣਾ ਚਾਹੁੰਦੇ ਆ ਕਿ ਝੋਨੇ ਦਾ ਜਿਹੜਾ ਸੀਜ਼ਨ ਹੈ ਇਸ ਪੰਜਾਬ ਦੇ ਵਿੱਚ ਇਸ ਵਾਰ ਚੱਲ ਰਿਹਾ ਤੇ ਸਭ ਤੋਂ ਅਹਿਮ ਸੰਕਟ ਹੈ ਜਿਹੜਾ ਬਿਜਲੀ ਦਾ ਜਿਹੜਾ ਕਿਸਾਨਾਂ ਦੇ ਉੱਤੇ ਛਾਇਆ ਹੋਇਆ ਹੈ ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਨੂੰ 12 ਘੰਟੇ ਜਿਹੜੀ ਬਿਜਲੀ ਸਪਲਾਈ ਦਿੱਤੀ ਜਾਵੇ ਅਤੇ ਇੱਕ ਨਿਰਧਾਰਿਤ ਸਮਾਂ ਜਿਹੜਾ ਉਹ ਤੈਅ ਕੀਤਾ ਜਾਵੇ ਕਿਉਂਕਿ ਕਿਹਾ ਜਾ ਰਿਹਾ ਕਿਸਾਨਾਂ ਵੱਲੋਂ ਕਿ ਇੱਕ ਤਰੀਕ ਜਿਹੜੀ ਆ ਉਹ ਤੈਅ ਕੀਤੀ ਜਾਵੇ ਜਦੋਂ ਕਿ ਸਰਕਾਰ ਦਾ ਤਰਕ ਰਿਹਾ ਹੈ ਕਿ ਜੋਨਾਂ ਦੇ ਹਿਸਾਬ ਦੇ ਨਾਲ ਬਿਜਲੀ ਜਿਹੜੀ ਸਪਲਾਈ ਦਿੱਤੀ ਜਾਵੇ ਤੇ ਜੋਨਾਂ ਦੇ ਹਿਸਾਬ ਦੇ ਨਾਲ ਹੀ ਜਿਹੜੀ ਇਸ ਵਾਰ ਝੋਨਾ ਬੀਜਿਆ ਜਾਵੇ ਤੇ ਇਹ ਤਰਕ ਇੱਕ ਦੂਜਾ ਤਰਕ ਵੀ ਰਿਹਾ ਹੈ ਸਰਕਾਰ ਦਾ ਕਿ ਇਸ ਵਾਰ ਝੋਨਾ ਜਿਹੜਾ ਜੂਨ ਦੇ ਅਖੀਰਲੇ ਹਫਤਿਆਂ ਦੇ ਵਿੱਚ ਵਿਜਿਆ ਜਾਵੇ ਜੋ ਕਿ ਕਿਸਾਨਾਂ ਵੱਲੋਂ ਸਾਫ਼ ਤੌਰ ਤੇ ਨਾ ਮੁਨਕਿੰ ਜਿਹੜਾ ਇੱਕ ਕਿਹਾ ਗਿਆ ਹੈ ਕਿਉਂਕਿ ਕਿਹਾ ਜਾ ਰਿਹਾ ਸੀ ਕਿ 126 ਜਿਹੜੀ ਪੀਆਰ ਪਨੀਰੀ ਆ ਉਹ ਕਿਸਾਨ ਵਿਜਣ ਕਿਉਂਕਿ ਬਹੁਤ ਘੱਟ ਸਮਾਂ ਜਿਹੜਾ 126 ਦਾਣਾ ਜਿਹੜਾ ਉਹ ਲੰਦਾ ਹੈ ਤੇ ਇਸ ਦੇ ਚੱਲਦੇ ਹੋਏ ਕਿਸਾਨਾਂ ਦਾ ਤਰਕ ਰਿਹਾ ਹੈ ਕਿ ਉਹ ਸਰਕਾਰ ਜਿਹੜਾ 126 ਜਿਹੜਾ ਬੀ ਆ ਉਹ ਮਹਈਆ ਕਰਾਇਆ ਮਹਈਆ ਕਰਾਵੇ ਤਾਂ ਸਰਕਾਰ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ 126 ਬੀਜ ਆ ਜਿਹੜਾ ਉਹ ਸਰਕਾਰ ਕੋਲੇ ਹੈ ਹੀ ਨਹੀਂ ਤਾਂ ਇਸ ਦੇ ਚੱਲਦੇ ਹੋਏ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਅੱਜ ਕਿਸਾਨਾਂ ਵੱਲੋਂ ਲੰਬੀ ਚੌੜੀ ਇੱਕ ਲਿਸਟ ਹੈ ਜਿਹੜੀ ਸਰਕਾਰ ਨੂੰ ਰੱਖੀ ਗਈ ਜਿਸ ਦੇ ਵਿੱਚ ਲਗਭਗ 25 ਦੇ ਕਰੀਬ ਮੰਗਾਂ ਸਨ ਜਿਸ ਦੇ ਚੱਲਦੇ ਮੁੱਖ ਮੰਗਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾ ਇੱਕ ਮੰਗ ਤੁਹਾਨੂੰ ਦੱਸ ਦਿੱਤੀ ਹੈ ਕਿ 12 ਘੰਟੇ ਦਾ ਜਿਹੜਾ ਬਿਜਲੀ ਸਪਲਾਈ ਹੈ ਜਿਹੜੀ ਜੁਲਾਈ ਤੱਕ ਜਿਹੜੀ ਦਿੱਤੀ ਜਾਵੇ ਜੁਲਾਈ ਤੋਂ ਬਾਅਦ ਦੇ ਵਿੱਚ 8 ਘੰਟੇ ਜਿਹੜੀ ਬਿਜਲੀ ਸਪਲਾਈ ਹੈ ਜਿਹੜੀ ਉਹ ਦਿੱਤੀ ਜਾਵੇ ਕਿਸਾਨਾਂ ਨੂੰ ਤੇ ਇਸ ਦੇ ਨਾਲ ਹੀ ਬਾਰਡਰ ਦੇ ਅਤੇ ਸੇਮ ਦੇ ਇਲਾਕਿਆਂ ਦੇ ਵਿੱਚ ਕਨੈਕਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਆ ਗਿਆ ਕਿ ਕਨੈਕਸ਼ਨ ਦਿੱਤੇ ਜਾਣ ਅਤੇ ਉਹਨਾਂ ਕਨੈਕਸ਼ਨਾਂ ਦੀ ਫੀਸ ਹੈ ਜਿਹੜੀ ਕਿਸ਼ਤਾਂ ਦੇ ਵਿੱਚ ਜਿਹੜੀ ਉਹ ਕਰਾਈ ਜਾਵੇ ਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਮਾਰਟਰ ਤੇ ਇਲਾਕੇ ਦੇ ਵਿੱਚ ਸਰਕਾਰ ਦੀ ਚਿੰਤਾ ਹੈ ਪੂਰਾ ਮਸਲਾ ਵਿਧਾਨ ਸਭਾ ਸਕਦਾ ਹੈ ਫਿਰ ਹਾਲ ਦੀ ਘੜੀ ਬਹੁਤ ਸ਼ੁਕਰੀਆ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ